अस्सलाम वालेकुम दोस्तों, मैं मियां मूसा, कैमरा मैन मियां मक्की दे नाल दरबार हजरत शाह दौले से जा रहे हैं। उत्थे जाके तुहानू मुकम्मल ज़ियारत करावांगे ते नाल तुहानू दस्सांगे इह दरबार कित्थे वाक़िआ है। इस तो पहला असी दरबार हजरत कावां वाले सरकार रहमतुल्लाह अलैह होरां ते वीडियो बनाई सी, ते हुण दरबार हजरत शाह दौला दी तरफ जांदे होए रस्ते विच मुकामी बंदे कोलो दरबार दा रस्ता पुछिया। अस्सलाम वालेकुम भाई जान, शाह दौले दे दरबार जाना? अगे एक चौक आएगा उत्थे, मतलब कैंची टाइप ही है, तीन रोड निकलते ने कैंची टाइप ही है, तुसीं लैफ्ट हो जाना, ठीक है, फिर तुसीं सीधा अगे फिर कैंची आएगी, फिर लैफ्ट ही रहना तुसीं, अगे बाहर चौक च निकल के ਉਹਦੇ ਨਾਲ ਹੀ ਆਪਣਾ ਇਸ ਤਰ੍ਹਾਂ ਚੌਂਕ ਨਿਕਲ ਗਏ ਨਾ, ਇਹ ਨਾਲ ਹੀ ਹੋ ਗਏ, ਫਿਰ ਤੁਸੀਂ ਸਿੱਧੇ ਹੋ ਜਾਣਾ, ਬਲਕਿ ਚੌਂਕ ਜੋ ਕਿਸੇ ਨੂੰ ਪੁੱਛ ਲਿਆ ਜੀ ਅਸੀਂ ਚਦੋਲਾ ਦਰਬਾਰ ਵਾਲੇ। ਰਸਤਾ ਪੁੱਛਣ ਤੋਂ ਬਾਅਦ ਦਰਬਾਰ ਦੀ ਤਰਫ ਰਵਾਨਾ ਹੋਏ ਤੇ ਸਾਹਮਣੇ ਹੀ ਪਹਿਲਾ ਕੈਂਚੀ ਟਾਈਪ ਚੌਂਕ ਨਜ਼ਰ ਆਇਆ ਜਿਸ ਦੇ ਲੈਫਟ ਤਰਫ ਹੋਏ। ਕੁਛ ਹੀ ਫਾਸਲਾ ਤੈਅ ਕਰਕੇ ਦੂਸਰਾ ਕੈਂਚੀ ਟਾਈਪ ਚੌਂਕ ਇੱਥੇ ਵੀ ਲੈਫਟ ਦੀ ਤਰਫ ਟਰਨ ਲਿਆ ਤੇ ਇੱਕ ਹੋਰ ਆਖਰੀ ਚੌਂਕ ਕ੍ਰਾਸ ਕਰਨ ਤੋਂ ਬਾਅਦ ਸ਼ਾਹ ਦੌਲਾ ਦਰਬਾਰ ਦੀ ਇੰਤਜ਼ਾਮੀਆ ਤਰਫੋਂ ਬਣਾਇਆ ਗਿਆ ਪਾਰਕਿੰਗ ਸਟੈਂਡ 'ਤੇ ਗਾੜੀ ਪਾਰਕ ਕਰਾਂਗੇ। ਗਾੜੀ ਪਾਰਕ ਕਰਕੇ ਮੈਂ ਤੁਹਾਨੂੰ ਦਰਬਾਰ ਦੀ ਮੁਕੰਮਲ ਜ਼ਿਆਰਤ ਦੇ ਨਾਲ ਨਾਲ ਹਜ਼ਰਤ ਸ਼ਾਹ ਦੌਲਾ ਦੀ ਜ਼ਿੰਦਗੀ ਬਾਰੇ ਵੀ ਦੱਸਾਂਗਾ। ਗਾੜੀ ਪਾਰਕ ਕਰਨ ਤੋਂ ਬਾਅਦ ਐਸੇ ਹੀ ਮਕਾਨ 'ਤੇ ਚਾਦਰਾਂ ਅਤੇ ਫੁੱਲ ਵੀ ਮੌਜੂਦ ਨੇ। ਦਰਬਾਰ ਹਜ਼ਰਤ ਸ਼ਾਹ ਦੌਲਾ ਸੁਲਤਾਨਾਬਾਦ ਰੋਡ, ਜ਼ਿਲ੍ਹਾ ਗੁਜਰਾਤ, ਸ਼ਹਿਰ ਪੰਜਾਬ ਵਿੱਚ ਵਾਕਿਆ ਹੈ। ਹਜ਼ਰਤ ਸ਼ਾਹ ਦੌਲਾ ਦੇ ਚੂਹੇ ਦੀ ਅਸਤਲਾਹ ਇਸ ਮਖਸੂਸ ਬੱਚਿਆਂ ਲਈ ਇਸਤੇਮਾਲ ਕੀਤੀ ਜਾਂਦੀ ਹੈ ਜਿਹੜਾ ਹਜ਼ਰਤ ਸ਼ਾਹ ਦੌਲਾ ਦੇ ਮਜ਼ਾਰ 'ਤੇ ਪਾਏ ਜਾਂਦੇ ਨੇ। 16ਵੀਂ ਸਦੀ ਈਸਵੀ ਦੇ ਆਖਰ ਵਿੱਚ ਔਰੰਗਜ਼ੇਬ ਆਲਮਗੀਰ ਦੌਲੇ ਸ਼ਾਹ ਨਾਮ ਤੋਂ ਇੱਕ ਨੇਕ ਅਤੇ ਬੁਰਗਜ਼ਿੰਦਾ ਬਜ਼ੁਰਗ ਗੁਜਰਾਤ ਦੇ ਨਜ਼ਦੀਕ ਕਿਆਮ ਪਜ਼ੀਰ ਹੋਏ। ਹਜ਼ਰਤ ਸ਼ਾਹ ਦੌਲਾ ਸਹਿਰਵਰਦੀ ਸਿਲਸਿਲਾ ਨਾਲ ਤਲਕ ਰੱਖਦੇ ਸਨ। ਹਜ਼ਰਤ ਸ਼ਾਹ ਦੌਲਾ ਨੂੰ ਪਰਿੰਦੇ ਅਤੇ ਜਾਨਵਰ ਬਹੁਤ ਪਸੰਦ ਸਨ। ਇੱਕ ਹਕਾਇਤ ਦੇ ਮੁਤਾਬਕ ਕਈ ਵਾਰ ਉਹ ਆਪਣੇ ਪਸੰਦੀਦਾ ਜਾਨਵਰਾਂ 'ਤੇ ਸਿਰ 'ਤੇ ਇੱਕ ਮਿੱਟੀ ਦੀ ਟੋਪੀ ਰੱਖ ਦਿੰਦੇ ਸਨ ਅਤੇ ਇਹਨਾਂ ਦੇ ਸਿਰਾਂ ਨੂੰ ਮੁਕੰਮਲ ਕੱਜ ਕੇ ਰੱਖਦੇ ਸਨ। ਹਜ਼ਰਤ ਸ਼ਾਹ ਦੌਲਾ ਦਾ ਆਸਥਾਨਾ ਆਮ ਲੋਕਾਂ ਲਈ ਹਰ ਵਕਤ ਖੁੱਲ੍ਹਿਆ ਰਹਿੰਦਾ ਸੀ। ਬਾਂਝ ਔਰਤਾਂ ਹਜ਼ਰਤ ਸ਼ਾਹ ਦੌਲਾ ਕੋਲੋਂ ਦੁਆ ਕਰਵਾਉਣ ਲਈ ਦੂਰ ਦਰਾਜ ਦੇ ਸ਼ਹਿਰਾਂ ਵਿੱਚੋਂ ਹਾਜ਼ਰ ਹੁੰਦੀਆਂ ਸਨ। ਰਵਾਇਤ ਹੈ ਕਿ ਹਜ਼ਰਤ ਸ਼ਾਹ ਦੌਲਾ ਦੀ ਦੁਆ ਤੋਂ ਉਹ ਅਕਸਰ ਸਾਹਿਬੇ ਔਲਾਦ ਹੋ ਜਾਂਦੀਆਂ ਸਨ। ਬਹੁਤ ਜ਼ਿਆਦਾ ਮਾਂ ਪਿਓ ਪਹਿਲੇ ਬੱਚੇ ਨੂੰ ਇਸ ਆਸਥਾਨੇ ਵਾਸਤੇ ਵਕਫ ਕਰ ਦਿੰਦੇ ਸਨ। ਹਕਾਇਤ ਦੀ ਰੂ ਨਾਲ ਅਗਰ ਮਾਂ ਪਿਓ ਇਸ ਬੱਚੇ ਨੂੰ ਹਜ਼ਰਤ ਸ਼ਾਹ ਦੌਲਾ ਦੇ ਮਜ਼ਾਰ 'ਤੇ ਵਕਫ ਨਹੀਂ ਕਰਦੇ ਸਨ ਅਤੇ ਇਹਨਾਂ ਦੀ ਹੋਣ ਵਾਲੀ ਸਾਰੀ ਔਲਾਦ ਹਮੇਸ਼ਾ ਛੋਟੇ ਸਰ ਵਾਲੀ ਹੀ ਪੈਦਾ ਹੁੰਦੀ ਸੀ। ਰਵਾਇਤ ਇੱਥੋਂ ਤੱਕ ਮੌਜੂਦ ਹੈ ਕਿ ਅਗਰ ਬੱਚੇ ਨੂੰ ਇਸ ਆਸਥਾਨਾਂ ਵਿੱਚ ਨਹੀਂ ਲਾਇਆ ਜਾਂਦਾ ਸੀ ਤਾਂ ਉਹ ਵੱਡਾ ਹੋ ਕੇ ਆਪਣੇ ਆਪ ਹਜ਼ਰਤ ਸ਼ਾਹ ਦੌਲਾ ਦੇ ਆਸਥਾਨਾਂ ਪਹੁੰਚ ਜਾਂਦਾ ਸੀ ਅਤੇ ਇਹ ਬੱਚੇ ਮੁਖਤਲਿਫ ਸ਼ਹਿਰਾਂ ਵਿੱਚ ਬੀਗ ਮੰਗ ਕੇ ਆਪਣਾ ਗੁਜ਼ਾਰਾ ਕਰਦੇ ਸਨ। ਇਸ ਸਾਰੇ ਪਹਿਲੂਆਂ 'ਤੇ ਸੰਜੀਦਾ ਤਹਿਕੀਕ ਸਿਰਫ ਬਰਤਾਨਵੀ ਡਾਕਟਰਾਂ ਅਤੇ ਸਾਇੰਸਦਾਨਾਂ ਨੇ ਕੀਤੀ ਹੈ। ਇਸ ਦੇ ਇਲਾਵਾ ਚੰਦ ਬਰਤਾਨਵੀ ਅਫਸਰ ਜਿਹੜੇ ਗੁਜਰਾਤ ਵਿੱਚ ਤਾਇਨਾਤ ਸਨ, ਉਹਨਾਂ ਨੇ ਵੀ ਇਸ ਬੱਚਿਆਂ ਦਾ ਬਗੌਰ ਮੁਸ਼ਾਹਿਦਾ ਕੀਤਾ ਅਤੇ ਮੁਖਤਲਿਫ ਰਿਪੋਰਟਾਂ ਹਾਸਲ ਕੀਤੀਆਂ। ਕਰਨਲ ਕਲਾਈਡ ਮਾਰਟਨ 1839 ਨੂੰ ਇਸ ਦਰਬਾਰ ਵਿੱਚ ਪਹੁੰਚੇ ਅਤੇ ਚੰਦ ਖਵਾਤੀਨ ਨੂੰ ਆਪਣੇ ਬੱਚਿਆਂ ਨੂੰ ਦਰਬਾਰ ਲਈ ਵਕਫ ਕਰਦੇ ਹੋਏ ਵੀ ਦੇਖਿਆ। ਇਸ ਦੇ ਮੁਤਾਬਕ ਇਹ ਰਸਮ ਬਹੁਤ ਪਹਿਲੇ ਤੋਂ ਚੱਲੀ ਆ ਰਹੀ ਸੀ। 1866 ਵਿੱਚ ਡਾਕਟਰ ਜਾਨਸਟਨ ਹਜ਼ਰਤ ਸ਼ਾਹ ਦੌਲਾ ਦੇ ਦਰਬਾਰ 'ਤੇ ਆਇਆ ਅਤੇ 9 ਬੱਚੇ ਮਿਲੇ ਜਿਨ੍ਹਾਂ ਦੀ ਉਮਰਾਂ 10 ਅਤੇ 19 ਸਾਲ ਦੇ ਦਰਮਿਆਨ ਸਨ ਅਤੇ ਉਹ ਹਜ਼ਰਤ ਸ਼ਾਹ ਦੌਲਾ ਦੇ ਚੂਹੇ ਕਹਲਾਉਂਦੇ ਸਨ। ਡਾਕਟਰ ਜਾਨਸਟਨ ਉਹ ਪਹਿਲਾ ਸਾਇੰਸਦਾਨ ਸੀ ਜਿਸ ਨੇ ਦੱਸਿਆ ਕਿ ਇਹ ਸਾਰੇ ਬੱਚਿਆਂ ਦੇ ਸਿਰਾਂ ਨੂੰ ਫੁਲਾਦੀ ਖੁਦ ਅਤੇ ਕਿਸੇ ਮਕੈਨੀਕਲ ਤਰੀਕੇ ਨਾਲ ਛੋਟਾ ਕੀਤਾ ਗਿਆ ਹੈ। ਇਹ ਦਰਬਾਰ ਦਾ ਮੇਨ ਦਰਵਾਜ਼ਾ, ਹੁਣ ਅੰਦਰ ਜਾਵਾਂਗੇ ਅਤੇ ਅੰਦਰ ਜਾ ਕੇ ਪਹਿਲਾ ਸਲਾਮ ਅਤੇ ਦੁਆ ਮੰਗਾਂਗੇ।
1879 हैरी रिवर्ड कार्निक ने इस दरबार से तहकीक की। इस ने लिखा कि हर साल तकरीबन 2 to 3 बच्चों को दरबार लिए वक्फ कर दिया जाता है। इस ने मसूफ बच्चों को चूहा बनाने के मुतलक लिखा कि इन बच्चों के सिरों को मकैनिकल तरीके नाल छोटा किया जाता है ते उस विच मुख्तलिफ हरबे इस्तेमाल किए जाते हैं। मिट्टी दी हंडियां ते दहात दे बने हुए खुद भी इस बच्चों को चूहियां विच तब्दील कर देंदे ने। फ्लोरा एनी स्टील ने 1886 इस बदकिस्मत बच्चों के मुतलक लिखा कि दरबार से यह बच्चे बिल्कुल तंदुरुस्त ते सेहतमंद होंदे सन ते इन्हां विच किसे दा सिर छोटा नहीं सी, मगर मुकामी लोगां दे चंद ग्रोह इस तंदुरुस्त बच्चों नूं पूरे हिंदुस्तान विच फरोख्त कर देंदे सन ते इस दी जगह छोटे सिर वाले बच्चे लै आंदे सन। ज़्यादातर माँ प्यो अपने मजदूर बच्चों इस ग्रोहां दे हवाले कर देंदे सन क्योंकि यह बच्चे इन्हां लई मुकम्मल बोझ सन। कैप्टन इवंस ने 1902 इस दरबार ते भरपूर तहकीक की। इस वक्त तक यह बच्चे 600 के करीब हो चुके सन ते बच्चों के सिरों को जबरदस्ती छोटा करन दी थ्योरी नूं तस्लीम करन तो बिल्कुल इनकार कर दिता ते क्या यह एक बीमारी है ते इस दे बच्चे हज़रत शाह दौला दे मज़ार दे अलावा पूरे हिंदुस्तान विच पाए जाते सन। 1902 विच कई बच्चों ते सालाना 18 to 20 रुपए इवज किराए ते भी दे दिता जाता सी। 1969 विच महकमा औकाफ ने हज़रत शाह दौला रहमतुल्लाह अलैह दरबार नूं अपनी तहवील विच कर लिया ते चूहे बनाने दे काम नूं कानूनी तौर ते बंद कर दिता। इस दे बावजूद यह अमल अज भी जारी है ते अज भी 10,000 तो ज़्यादा बच्चे इस मज़ार विच रहिंदे ने जिस दे विच ज़्यादा दा तल्लुक गुजरात तो है। इस दे नाल ही अपने वीर नूं दिओ इजाज़त। मैनूं उम्मीद है थोड़ी भी जो पसंद आई होगी। लाइक तो सबसक्राइब वो करना। शुक्रिया।